ਅੱਜ ਪਿੰਡ ਤਲਵੰਡੀ ਖੁੰਮਣ ਵਿਖੇ ਪਿਛਲੇ 3 ਰੋਜ਼ ਤੋਂ ਚੱਲ ਰਹੇ ਬਾਬਾ ਰਾਜਾ ਰਾਮ ਯਾਦਗਰੀ ਹਾਕੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਪਿਛਲੇ 3 ਰੋਜ਼ ਤੋਂ ਚੱਲ ਰਹੇ ਇਸ ਖੇਡ ਮੇਲੇ ਵਿੱਚ 16 ਤੋਂ ਵੱਧ ਹਾਕੀ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ 8 ਦੇ ਕਰੀਬ ਜੂਨੀਅਰ ਟੀਮਾਂ ਨੇ ਹਿੱਸਾ ਲਿਆ। ਅੱਜ ਦੇ ਮੁਕਾਬਲੇ ਦੀ ਇਹ ਖਾਸੀਅਤ ਰਹੀ ਕਿ ਅੱਜ ਦੇ ਮੁਕਾਬਲਿਆਂ ਵਿੱਚ 4 ਮੈਚ ਖੇਡੇ ਗਏ, ਜਿਸ ਵਿੱਚ ਪਹਿਲਾ ਸੈਮੀਫਾਈਨਲ ਤਲਵੰਡੀ ਖੁੰਮਣ ਅਤੇ ਮਰੜੀ ਕਲਾਂ ਦਰਮਿਆਨ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਤਲਵੰਡੀ ਖੁੰਮਣ ਨੇ 4 ਦੇ ਮੁਕਾਬਲੇ 2 ਗੋਲਾਂ ਨਾਲ ਮਰੜੀ ਦੀ ਟੀਮ ਨੂੰ ਹਰਾ ਦਿੱਤਾ ਅਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਇਸ ਤੋਂ ਬਾਅਦ ਅਟਾਰੀ ਅਤੇ ਲਹਿਰਕਾ ਦੀਆਂ ਟੀਮਾਂ ਦਰਮਿਆਨ ਦੂਸਰਾ ਫਾਈਨਲ ਸੈਮੀਫਾਈਨਲ ਖੇਡਿਆ ਗਿਆ। ਇਸ ਮੁਕਾਬਲੇ 'ਚ ਅਟਾਰੀ ਦੀ ਟੀਮ ਨੇ 3 ਦੇ ਮੁਕਾਬਲੇ 1 ਗੋਲ ਦੇ ਨਾਲ ਲਹਿਰਕੇ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਰਿਹਾ ਅਤੇ ਜੂਨੀਅਰ ਵਰਗ ਦੇ ਵਿੱਚ ਅਲੀਵਾਲ ਦੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਤਲਵੰਡੀ ਖੁੰਮਣ ਦੀ ਟੀਮ ਨੂੰ 2 ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਇਸ ਟਰੋਫੀ 'ਤੇ ਕਬਜ਼ਾ ਕਰ ਲਿਆ ਗਿਆ ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚੀਆਂ ਸਨਮਾਨਯੋਗ ਸ਼ਖਸੀਅਤਾਂ ਵਿੱਚੋਂ ਮਾਸਟਰ ਸਤਨਾਮ ਸਿੰਘ ਜੀ ਪਾਖਰਪੁਰਾ ਵੱਲੋਂ ਅਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਗਵਿੰਦਰਪਾਲ ਸਿੰਘ ਜੀ ਜੱਗਾ ਵੱਲੋਂ ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੇ ਗਏ। ਤੇ ਸ਼ਾਇਦ ਇਹਦੇ 'ਚ ਕੋਈ ਸ਼ੱਕ ਨਹੀਂ, ਤੁਸੀਂ ਤਾਜ਼ੀ ਤਾਜ਼ੀ ਇੱਕ ਮਿਸਾਲ ਦੇਖੀ ਹੈ ਕਿ ਸਟੇਟ ਪੱਧਰ ਹੀ ਨਹੀਂ, ਨੈਸ਼ਨਲ ਪੱਧਰ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਦੋ ਉਹ ਖਿਡਾਰੀ, ਉਹਨਾਂ ਦੋਵਾਂ ਖਿਡਾਰੀਆਂ ਦੀ ਉਹ ਸੋਚ, ਉਹਨਾਂ ਦੋਵਾਂ ਖਿਡਾਰੀਆਂ ਦੇ ਉਹ ਫੈਸਲਾ, ਉਹਨਾਂ ਦੀ ਉਹ ਕੁਰਬਾਨੀ, ਉਹਨਾਂ ਦੀ ਉਹ ਸਮਰਪਿਤ ਸਪਿਰਿਟ ਰੰਗ ਲਿਆਈ ਹੈ ਕਿ ਸਾਡੇ ਦੋਵਾਂ ਦੇਸ਼ਾਂ ਦੇ ਵਿੱਚ ਕਰਤਾਰਪੁਰ ਦੇ ਲਾਂਘੇ ਨੂੰ ਕਿਵੇਂ ਪ੍ਰਵਾਨਗੀ ਮਿਲ ਗਈ। ਦੋਸਤੋ, ਆਪਾਂ ਵਾਰ ਵਾਰ ਸੁਣਦੇ ਆਏ ਹਾਂ ਕਿ 17 ਸਾਲਾਂ ਦੀ ਸਿਆਸਤ ਹਾਰ ਗਈ ਅਤੇ ਖੇਡਾਂ ਜਿੱਤ ਗਈਆਂ। ਸੋਚੋ ਜ਼ਰਾ ਕਿ ਤੁਸੀਂ ਕੌਣ ਜੇ, ਤੁਸੀਂ ਭਵਿੱਖ 'ਚ ਕੀ ਬਣ ਸਕਦੇ ਜੇ, ਤੁਹਾਡੇ ਤੋਂ ਦੇਸ਼ ਨੂੰ ਕਿਹੋ ਜਿਹੀਆਂ ਆਸਾਂ ਹੋ ਸਕਦੀਆਂ ਨੇ। ਛੋਟੀ ਪੱਧਰ 'ਤੇ ਗੱਲ ਕਰਦੇ ਹਾਂ ਕਿ ਖੇਡਾਂ ਤੁਹਾਨੂੰ ਸਭ ਤੋਂ ਵੱਡੀ ਤੰਦ, ਜਿਨ੍ਹਾਂ ਨੇ ਇਸ ਯੁੱਗ ਵਿੱਚ ਜੋ ਹਾਲਾਤ ਚੱਲ ਰਹੇ ਆ, ਨਸ਼ਿਆਂ ਦਾ ਜਿਹੜਾ ਦਰਿਆ ਪੰਜਾਬ ਵਿੱਚ ਵਗ ਰਿਹਾ, ਉਸ ਤੋਂ ਹਟ ਕੇ ਗੇਮਾਂ ਵੱਲ ਧਿਆਨ ਦੇ ਰਹੇ ਜੇ ਅਤੇ ਗੇਮਾਂ ਵੱਲ ਰੁਚੀ ਦੇ ਰਹੇ ਜੇ। ਜਿਹੜੇ ਪਿੰਡ 'ਚ ਨੌਜਵਾਨ ਗੇਮਾਂ ਵੱਲ ਇੰਟਰਸਟ ਲੈਂਦੇ ਆ, ਉਸ ਪਿੰਡ 'ਚ ਨਸ਼ਾ ਨਹੀਂ ਆ ਸਕਦਾ, ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਨਸ਼ਾ ਉਹਨਾਂ ਪਿੰਡਾਂ ਵਿੱਚ ਪ੍ਰਚਲਿਤ ਹੋਇਆ ਜਿਹਨਾਂ ਪਿੰਡਾਂ ਵਿੱਚ ਟਾਈਮ ਖੁੱਲ੍ਹਾ, ਨੌਜਵਾਨ ਗੇਮਾਂ ਵੱਲ ਨਹੀਂ ਧਿਆਨ ਦਿੰਦੇ, ਉਹਨਾਂ ਪਿੰਡਾਂ 'ਚ ਜੋ ਨਸ਼ਿਆਂ ਦਾ ਹਾਲ ਹੈ, ਇੱਕ ਜੇ ਨੌਜਵਾਨ ਪੀੜ੍ਹੀ ਆ ਉਹ ਤਕਰੀਬਨ ਬਰਬਾਦ ਹੋ ਚੁੱਕੀ ਆ, ਬਹੁਤ ਕੰਟਰੋਲ ਅੱਗੇ ਨਾਲ ਹੋ ਚੁੱਕਾ। ਪਰ ਅਸਲੀ ਕੰਟਰੋਲ ਉਦੋਂ ਹੋਣਾ ਜਿੱਦਣ ਆਪਾਂ ਘਰ ਘਰ ਪ੍ਰਣ ਕਰਾਂਗੇ, ਆਪਾਂ ਘਰ ਘਰ ਸੋਚ ਲਿਆਵਾਂਗੇ ਕਿ ਇਹ ਜਿਹੜਾ ਨਸ਼ਿਆਂ ਦਾ ਦਰਿਆ, ਇਹਨੂੰ ਅਸੀਂ ਆਪਣੇ ਪਿੰਡ ਵਿੱਚੋਂ ਕੱਢਣਾ, ਆਪਣੇ ਇਲਾਕੇ 'ਚੋਂ ਕੱਢਣਾ, ਆਪਣੇ ਹਲਕੇ 'ਚੋਂ ਕੱਢਣਾ, ਆਪਣੇ ਪੰਜਾਬ 'ਚੋਂ ਕੱਢਣਾ। ਉਹ ਤਾਂ ਹੀ ਹੋ ਸਕਦਾ ਜੇ ਤੁਸੀਂ ਸਾਰੇ ਸਾਥ ਦਿਓਗੇ। ਪ੍ਰੋਗਰਾਮ ਦੇ ਅੰਤ ਵਿੱਚ ਸਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ, ਜੋ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਅਤੇ ਨਾਲ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਮਾਸਟਰ ਸਤਨਾਮ ਸਿੰਘ ਜੀ ਪਾਖਰਪੁਰਾ, ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਮਰੜੀ ਕਲਾਂ, ਸਰਦਾਰ ਨਿਸ਼ਾਨ ਸਿੰਘ ਭੰਗਾਲੀ ਕਲਾਂ, ਸਰਦਾਰ ਸਰੂਪ ਸਿੰਘ ਭੰਗਾਲੀ ਕਲਾਂ ਅਤੇ ਸਰਦਾਰ ਬਖਤਾਵਰ ਸਿੰਘ ਮਰੜੀ ਕਲਾਂ ਵੱਲੋਂ ਸਾਂਝੇ ਤੌਰ 'ਤੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਫਿਰ ਅਗਲੇ ਸਾਲ 19ਵਾਂ ਹਾਕੀ ਕੱਪ ਕਰਾਉਣ ਵਾਸਤੇ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਅਤੇ ਨਾਲ ਵਿਸ਼